ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਆਰਐਸਐਸ ਦੀ ਆਊਟਸ਼ੂਟ ਬੀਜੇਪੀ ਵੱਲੋਂ ਦਿੱਲੀ ਤਖਤ 'ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਉਹ ਸਿੱਖ ਕੌਮ ਨੂੰ ਮੁਕੰਮਲ ਤੌਰ 'ਤੇ ਹਿੰਦੂਤਵਾ ਵਿੱਚ ਜਜ਼ਬ ਕਰਨ ਲਈ ਪੰਜਾਬ 'ਤੇ ਚੜ੍ਹਾਈ ਕਰ ਰਹੇ ਹਨ। ਪਿਛਲੇ 5 ਮਹੀਨਿਆਂ ਤੋਂ ਆਰਐਸਐਸ ਦੀਆਂ ਪੰਜਾਬ ਵਿੱਚ ਕਾਰਵਾਈਆਂ ਜੰਗੀ ਪੱਧਰ 'ਤੇ ਜਾਰੀ ਹਨ। ਆਰਐਸਐਸ ਮੁਖੀ ਮੋਹਨ ਭਾਗਵਤ ਇਸ ਸਮੇਂ ਦੌਰਾਨ 4 ਵਾਰ ਪੰਜਾਬ ਆਇਆ ਅਤੇ ਉਸਨੇ ਰਾਧਾ ਸਵਾਮੀ ਡੇਰੇ ਦੇ ਮੁਖੀ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ। ਉਸ ਤੋਂ ਬਾਅਦ ਅਡਵਾਨੀ ਨੇ ਵੀ ਰਾਧਾ ਸਵਾਮੀ ਮੁੱਖ ਡੇਰਾ ਬਿਆਸ ਵਿਖੇ 2 ਦਿਨ ਬਿਤਾਏ। ਪੰਜਾਬ ਵਿੱਚ ਆਰਐਸਐਸ ਦਾ ਤੰਦੂਆ ਜਾਲ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਉਹਨਾਂ ਨੇ ਛੋਟੇ ਛੋਟੇ ਸਾਧਾਂ ਦੇ ਡੇਰਿਆਂ ਨਾਲ ਤਾਲਮੇਲ ਕਰਕੇ ਸਕਾਲਰਸ਼ਿਪ ਸਕੀਮ ਤਹਿਤ ਗਰੀਬ ਵਿਦਿਆਰਥੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਸ਼ੁਰੂ ਕੀਤਾ ਹੋਇਆ ਹੈ। ਆਰਐਸਐਸ ਵੱਲੋਂ ਸਿੱਖ ਬਹੁ ਗਿਣਤੀ ਵਾਲੇ ਪੇਂਡੂ ਇਲਾਕਿਆਂ ਦੇ ਵਿੱਚ 200 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਤਿਆਰੀ ਹੈ। ਪਹਿਲਾਂ ਹੀ ਪੰਜਾਬ ਵਿੱਚ ਆਰਐਸਐਸ ਦੀਆਂ 630 ਸ਼ਾਖਾਵਾਂ ਮੌਜੂਦ ਹਨ। ਵਿਊਅਰਸ, ਇਹੋ ਜਾਪਦਾ ਹੈ ਕਿ ਸਿੱਖ ਕੌਮ ਅੱਜ ਆਰਐਸਐਸ ਦੇ ਚੈਲੰਜ ਸਾਹਮਣੇ ਬਿਲਕੁਲ ਲੀਡਰਲੈਸ ਅਤੇ ਲਾਚਾਰ ਹੈ। ਆਰਐਸਐਸ ਵੱਲੋਂ ਮੌਕਾਪ੍ਰਸਤ ਸਿੱਖਾਂ ਨੂੰ ਲਾਲਚ ਦੇ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿਚਲੀ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਧਾਰਮਿਕ ਜਥੇਦਾਰ ਤਮਾਸ਼ਬੀਨ ਬਣੇ ਹੋਏ ਹਨ। ਅੱਜ ਅਸੀਂ ਆਰਐਸਐਸ ਗੰਭੀਰ ਚੈਲੰਜ, ਪਿੰਡਾਂ ਵਿੱਚ ਵੱਧ ਰਹੀ ਆਰਐਸਐਸ ਸਟਰੈਂਥ, ਬੀਜੇਪੀ ਅਤੇ ਅਕਾਲੀ ਦਲ ਦੇ ਰਿਸ਼ਤਿਆਂ ਦੇ ਵਿੱਚ ਵੱਧ ਰਹੀ ਖਟਾਸ ਆਦਿ ਵਿਸ਼ਿਆਂ 'ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਰਦਾਰ ਸੁਖਵਿੰਦਰ ਸਿੰਘ ਹੰਸਰਾ, ਮੀਡੀਆ ਪਰਸਨੈਲਿਟੀ ਫਰਮ ਕੈਨੇਡਾ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਹੰਸਰਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਆਰਐਸਐਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਟੋਰਾਂਟੋ ਦੀਆਂ ਚੋਣਾਂ ਦੇ ਵਿੱਚ ਆਪਣੇ ਬਹੁਤੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ, ਇਸ ਦਾ ਕੀ ਕਾਰਨ ਹੈ? ਇਸਦਾ ਕੋਈ ਖਾਸ ਕਾਰਨ ਨਹੀਂ ਹੈ ਜੀ। ਬਹੁਤ ਸਾਰੇ ਜਿੱਥੇ ਤਾਂ ਸਾਡੇ ਭਾਈਚਾਰੇ ਦੇ ਵੋਟਰ ਜਿਹੜੇ ਉਹ ਬਹੁਤ ਜਾਗਰੂਕ ਸੀਗੇ, ਉੱਥੇ ਕੁਛ ਇੱਕ ਤੋਂ ਵੱਧ ਉਮੀਦਵਾਰ ਖੜਨ ਜਾਣ ਦੇ ਨਾਲ ਉਹਨਾਂ ਦੀ ਜਿਹੜੀ ਸ਼ਕਤੀ ਸੀ ਆਪਸ ਵਿੱਚ ਟਕਰਾ ਕੇ ਤਬਾਹ ਹੋ ਗਈ। ਤੇ ਕੁਛ ਹਲਕਿਆਂ ਦੇ ਵਿੱਚ ਜਿੱਥੇ ਬਹੁਤ ਸਾਰੇ ਆਪਣੇ ਲੋਕ ਰਹਿੰਦੇ ਵੀ ਸੀ, ਪਰ ਕਿਉਂਕਿ ਉੱਥੇ ਟਕਰਾ ਨਾ ਹੋਣ ਕਾਰਨ ਉੱਥੇ ਜਿਹੜੇ ਵੋਟਰ ਨੇ ਜ਼ਿਆਦਾ ਵੇਖਦੇ ਰਹਿ ਗਏ, ਇਸ ਕਾਰਨ ਟੋਰਾਂਟੋ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਮੈਨੂੰ ਸਰੀ ਦੇ ਵਿੱਚ ਵੀ ਪਤਾ ਲੱਗਾ ਕਿ ਕੁਛ ਇਹੋ ਜਿਹੇ ਇਲਜ਼ਾਮ ਰਹੇ। ਅਨਫੋਰਚੁਨੇਟਲੀ ਸਾਡੀ ਸਾਡਾ ਭਾਈਚਾਰਾ ਜਿਹੜਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਇੱਦਾਂ ਦੇ ਜਿਹੜੀ ਆ ਪ੍ਰਕਿਰਿਆਵਾਂ ਨੇ ਉਹਨਾਂ ਵਿੱਚ ਹਿੱਸਾ ਲਿਆ ਕਰੇਗਾ। ਪਰ ਫਿਰ ਵੀ ਨਾ ਦਾ ਲੈਸ ਆਈ ਥਿੰਕ ਵੀ ਸਾਡੇ ਭਾਈਚਾਰੇ ਨੇ ਘੱਟੋ ਘੱਟ ਆਪਣੀ ਜਿਹੜੀ ਮੌਜੂਦਗੀ, ਆਪਣੀ ਹਾਜ਼ਰੀ ਆ ਉਹ ਦਰਜ ਕਰਵਾਈ ਆ, ਪ੍ਰੋਸੈਸ ਦੇ ਵਿੱਚ ਬੜਾ ਅਗਰੈਸਿਵਲੀ ਹਿੱਸਾ ਲਿਆ। ਇਸ਼ੂਜ਼ ਜਿਹੜੇ ਭਾਈਚਾਰੇ ਦੇ ਇਸ਼ੂਜ਼ ਸੀ ਜਾਂ ਮੂਲ ਰੂਪ ਦੇ ਵਿੱਚ ਸਾਰੇ ਸਮੁੱਚੇ ਬ੍ਰਹਮਪੁਰ ਦੇ ਜਾਂ ਸਮੁੱਚੇ ਸਰੀ ਦੇ ਇਸ਼ੂ ਸਨ, ਉਹ ਵੀ ਉਘਾੜੇ ਨੇ ਅਤੇ ਉਹਨਾਂ ਨੂੰ ਵੀ ਬੜੀ ਸ਼ਿੱਦਤ ਦੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਕਾਫੀ ਹਲਕਿਆਂ ਦੇ ਵਿੱਚ ਜੇ ਮੈਂ ਐਨਾਲਿਟਿਕ ਜੇ ਮੈਂ ਉਹਦੇ ਉੱਤੇ ਨਜ਼ਰ ਮਾਰਾਂ ਤਾਂ ਮੈਨੂੰ ਲੱਗਦਾ ਕਾਫੀ ਹਲਕਿਆਂ ਦੇ ਉੱਤੇ ਤਰੱਕੀ ਵੀ ਹੋਈ ਆ। ਪਰ ਯੈਸ, ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਵੀ ਉਹਨਾਂ ਦੇ ਵਿੱਚ ਇੱਕ ਉਮੀਦਵਾਰ ਸੀ। ਅਨਫੋਰਚੁਨੇਟਲੀ ਕਿ ਜਿਹੜੀ ਜਿੱਤ ਹੈ ਉਹ ਸਾਡਾ ਭਾਈਚਾਰਾ ਨਹੀਂ ਕਰ ਸਕਿਆ। ਵੈਸੇ ਸਾਡੇ ਆਲਮੋਸਟ 2-3 ਉਮੀਦਵਾਰ ਜਿਹੜੇ ਬਿਲਕੁਲ ਜਿੱਤ ਦੇ ਨੇੜੇ ਆ ਕੇ ਕੁਛ ਕੁ ਵੋਟਾਂ ਤੇ ਰਹਿ ਗਏ, ਜਿਹੜੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਆਲਮੋਸਟ ਜੇ ਮੈਂ ਦਹਾਕੇ, ਡੇਢ ਦਹਾਕੇ, 15 ਸਾਲ ਦੇ ਨਿਊਜ਼ ਪੇਪਰ ਚੱਕ ਲਵਾਂ ਤਾਂ ਜਿਹੜੀ ਪੰਥਕ ਸਫ਼ਾ ਦੇ ਵਿੱਚ ਵਿਚਰ ਰਹੇ ਲੋਕ ਨੇ, ਚਾਹੇ ਉਹ ਕਿਸੇ ਢੰਗ ਨਾਲ ਲਿਖਦੇ ਨੇ ਜਾਂ ਬੋਲਦੇ ਨੇ, ਉਹਨਾਂ ਨੇ ਅਕਸਰ ਇਹ ਫਿਕਰ ਪਿਛਲੇ 15 ਸਾਲਾਂ ਤੋਂ ਹੀ ਲਗਾਤਾਰ ਜ਼ਾਹਿਰ ਕੀਤਾ ਹੋਇਆ ਕਿ ਇੱਕ ਇਹੋ ਜਿਹਾ ਸੱਪ ਪਨਪ ਰਿਹਾ, ਇੱਕ ਨਾਗ ਬਣ ਰਿਹਾ ਜਿਹੜਾ ਕਿ ਘੱਟ ਗਿਣਤੀ ਧਰਮਾਂ ਨੂੰ, ਘੱਟ ਗਿਣਤੀ ਭਾਈਚਾਰੇ ਨੂੰ ਨਿਗਲ ਲੈਣਾ ਚਾਹੁੰਦਾ। ਹਾਂਜੀ, ਇਹ ਭਾਵੇਂ ਕਿ ਬੀਜੇਪੀ ਦੀਆਂ ਸਰਕਾਰਾਂ ਪਹਿਲਾਂ ਵੀ ਆਈਆਂ ਨੇ, ਪਰ ਬੀਜੇਪੀ ਦੇ ਵਿੱਚ ਵੀ ਕੁਛ ਤੁਸੀਂ ਇਹ ਕਹਿ ਲਓ ਕਿ ਕੁਛ ਨਰਮ ਸੁਭਾਅ ਦੇ ਲੋਕ ਅੱਗੇ ਆਏ ਜਿਹੜੇ ਇਸ ਚੀਜ਼ ਨੂੰ ਸ਼ਾਇਦ ਉਹ ਪੂਰੀ ਸ਼ਿੱਦਤ ਦੇ ਨਾਲ ਅੱਗੇ ਨਹੀਂ ਵਧਾ ਸਕੇ। ਪਰ ਹੁਣ ਜਦੋਂ ਫਿਰ ਮੋਦੀ ਦੀ ਸਰਕਾਰ ਆਈ ਹੈ ਤਾਂ ਉਹ ਤਾਂ ਗੱਲ ਸਿੱਧੀ ਸ਼ੁਰੂ ਹੋ ਗਈ ਕਿ ਜੀ ਹੁਣ 2019 ਤੱਕ ਰਾਮ ਮੰਦਿਰ ਬਣਾ ਦਿਓ, ਫੋਰ ਐਗਜ਼ਾਮਪਲ ਮੋਦੀ ਸਰਕਾਰ ਨੂੰ ਕਿ ਆਰਐਸਐਸ ਨੇ, ਆਰਐਸਐਸ ਤੇ ਮੋਦੀ ਸਰਕਾਰ ਭਾਵੇਂ ਦੋ ਸਾਨੂੰ ਫੈਕਸ਼ਨ ਲੱਗਦੇ ਨੇ, ਪਰ ਅਸਲ ਮਾਰਿਆਂ ਦੇ ਵਿੱਚ ਜਿਹੜਾ ਆਰਐਸਐਸ ਦਾ ਪਹਿਲੀ ਲਾਈਨ ਦਾ ਕੇਡਰ ਆ ਉਹ ਇਹ ਸਮਝਦਾ ਕਿ ਹੁਣ ਸਾਡੀ ਸਰਕਾਰ ਆ, ਸਾਡੀ ਸਰਕਾਰ ਹੋਣ ਦੇ ਨਾਲ ਉਹਨਾਂ ਦਾ ਭਾਵ ਇਹੀ ਆ ਕਿ ਹੁਣ ਅਸੀਂ
ਜਿਹੜੇ ਇਹ ਨਿੱਕੇ ਨਿੱਕੇ ਵਰਗ ਨੇ, ਨਿੱਕੇ ਨਿੱਕੇ ਫੈਕਸ਼ਨਸ ਨੇ, ਨਿੱਕੇ ਨਿੱਕੇ ਧਰਮ ਨੇ ਹਿੰਦੁਸਤਾਨ ਦੇ ਵਿੱਚ, ਅਸੀਂ ਉਹਨਾਂ ਨੂੰ ਹੁਣ ਰਾਹੇ ਪਾ ਲਵਾਂਗੇ। ਤੇ ਸਭ ਤੋਂ ਮਤਲਬ ਵੱਡਾ ਚੈਲੰਜ ਕਿਸੇ ਸਮੇਂ ਦੇ ਉੱਤੇ, ਮੈਂ ਇਹ ਗੱਲ ਕਿਸੇ ਚੰਗੇ ਬੰਦੇ ਵਿਦਵਾਨ ਤੋਂ ਵੀ ਸੁਣੀ ਸੀ ਜੀ, ਕਿ ਕਿਸੇ ਸਮੇਂ ਦੇ ਵਿੱਚ ਪੰਡਿਤ ਲੋਕ ਇਹ ਵਿਚਾਰ ਕਰਿਆ ਕਰਦੇ ਸੀ ਵੀ ਜੇ ਕਿਤੇ ਸਿੱਖਾਂ ਨੂੰ ਆਸਾ ਜੀ ਦੀ ਵਾਰ ਦੇ ਪਾਠ ਦੀ ਸਮਝ ਪੈ ਗਈ ਤਾਂ ਸਾਊਥ ਈਸਟ ਏਸ਼ੀਆ ਦੇ ਵਿੱਚੋਂ ਜਿਹੜਾ ਹਿੰਦੂ ਧਰਮ ਹੈ ਇਸਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਜੀ। ਇੱਕ ਭਾਵ ਕਿਉਂਕਿ ਉਸ ਦੇ ਵਿੱਚ ਸਾਨੂੰ ਜਿਸ ਢੰਗ ਦੇ ਨਾਲ ਗੁਰੂ ਸਾਹਿਬ ਨੇ ਬੜੇ ਸਪਸ਼ਟ ਅਤੇ ਸਰਲ ਜੇ ਬੜੇ ਸਾਦੇ ਸ਼ਬਦਾਂ ਦੇ ਵਿੱਚ ਸਾਨੂੰ ਇਸ ਪਖੰਡਵਾਦ ਤੋਂ ਸੁਚੇਤ ਕੀਤਾ ਹੈ, ਪਰ ਕਿਉਂਕਿ ਸਾਡੀ ਲੀਡਰਸ਼ਿਪ ਵੀ ਬਹੁਤਾਤ ਦੇ ਵਿੱਚ ਕਦੇ ਇਹਨਾਂ ਤੋਂ ਆਪਣਾ ਪੱਲਾ ਨਹੀਂ ਛੁਡਾ ਸਕੀ, ਇਹਨਾਂ ਦੇ ਸ਼ਾਇਦ ਹਲੀ ਰਹੀ ਆ, ਇਹਨਾਂ ਤੋਂ ਫ੍ਰੀ ਨਹੀਂ ਹੋ ਸਕੀ। ਇਸ ਕਰਕੇ ਅਸੀਂ ਟਾਈਮ ਟੂ ਟਾਈਮ ਕਿਸੇ ਨਾ ਕਿਸੇ ਢੰਗ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇਹਨਾਂ ਦੇ ਜਾਲ ਦੇ ਵਿੱਚ ਫਸਦੇ ਹੀ ਰਹੇ ਹਾਂ। ਉਹ ਜਿਹੜਾ ਜਾਲ ਦਾ ਤੰਦ ਸੀਗਾ ਉਹ ਫਿਰ ਡਾਕਟਰ ਸਾਹਿਬ ਦੀ ਜਿਹੜੀ ਪਿਛਲੇ ਹਫ਼ਤੇ ਦੀ ਲਿਖਤ ਦੀ ਹੈਡਿੰਗ ਸੀਗਾ, ਇੱਕ ਤੰਦੂਆ ਜਾਲ ਬਣ ਗਿਆ। ਉਸ ਤੰਦੂਆ ਜਾਲ ਦੇ ਵਿੱਚ ਹੁਣ ਅਸੀਂ ਫਸਦੇ ਜਾ ਰਹੇ ਹਾਂ। ਤੇ ਸਭ ਤੋਂ ਵੱਡੀ ਜਿਹੜੀ ਘਟਨਾ ਸਾਡੇ ਸਾਹਮਣੇ ਆਈ ਸੀਗੀ, ਜਿਸ ਨੂੰ ਅਕਾਲ ਤਖ਼ਤ ਸਾਹਿਬ ਨੇ ਜਦੋਂ 2003 ਦੇ ਵਿੱਚ ਪਾਸ ਕੀਤਾ ਤੇ ਫਿਰ 2010 ਦੇ ਵਿੱਚ ਉਹਨੂੰ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਕੇ ਅਸਰ ਕਬੂਲਦਿਆਂ ਉਹਦਾ ਭਗਵਾਕਰਨ ਕੀਤਾ, ਤਾਂ ਉਦੋਂ ਤਕਰੀਬਨ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਹੁਣ ਅਸੀਂ ਇਸ ਤੰਦੂਆ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਾਂ। ਹਾਂਜੀ ਬਿਲਕੁਲ, ਤੇ ਵੀਰ ਜੀ ਜਿਸ ਤਰ੍ਹਾਂ ਹੁਣ ਅਸੀਂ ਇਸ ਤੰਦੂਆ ਜਾਲ ਦੇ ਵਿੱਚ ਬਿਲਕੁਲ ਫਸ ਚੁੱਕੇ, ਜਿਹੜੇ ਬਾਹਰਲੇ ਬੈਠੇ ਸਿੱਖ ਜਾਂ ਪੰਥਕ ਜਥੇਬੰਦੀਆਂ ਨੇ, ਸਾਨੂੰ ਕੀ ਕਰਨਾ ਚਾਹੀਦਾ ਇਸ ਜਿਹੜਾ ਇਹ ਆਰਐਸਐਸ ਦਾ ਗੰਭੀਰ ਚੈਲੰਜ ਇਸ ਤੋਂ ਬਚਣ ਦੇ ਲਈ ਇਸ ਵੇਲੇ? ਅਸੀਂ ਵੇਖ ਰਹੇ ਹਾਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਵੀ ਆਰਐਸਐਸ ਦਾ ਵਿਰੋਧ ਕਰਨ ਵਾਲੇ ਜਿਹੜੇ ਪੰਥਕ ਸੈਕਸ਼ਨ ਹੈਗੇ ਆ, ਖਾਸ ਕਰਕੇ ਸਰਦਾਰ ਸੁਖਜੀਤ ਸਿੰਘ ਮਾਨ ਤੇ ਉਹਨਾਂ ਦੇ ਸਹਿਯੋਗੀ ਆ ਜਿਹੜੇ, ਉਹ ਹੈਡ ਆਨ ਉਹਨਾਂ ਦੇ ਨਾਲ ਸਿੱਧਾ ਕੰਫਰੰਟ ਕਰ ਰਹੇ ਨੇ ਉਹਨਾਂ ਨੂੰ ਕਿ ਅਸੀਂ ਤੁਹਾਨੂੰ ਨਹੀਂ ਮੰਨਦੇ, ਅਸੀਂ ਤੁਹਾਨੂੰ ਤੁਹਾਡਾ ਪ੍ਰੈਸ਼ਰ ਕਬੂਲਣ ਤੋਂ ਇਨਕਾਰ ਕਰਦੇ ਹਾਂ। ਜਿਹੜੇ ਜਿਹੜੀ ਜਿਹੜੀ ਉਹ ਸੋਚ ਹੈ ਪੰਜਾਬ ਦੇ ਵਿੱਚ, ਅਸੀਂ ਉਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਬਲਵਾਨ ਕਰੀਏ। ਅਨਫੋਰਚੁਨੇਟਲੀ ਅਸੀਂ ਵੀ ਨਿੱਕੇ ਨਿੱਕੇ ਧੜਿਆਂ ਵਿੱਚ ਵੰਡੇ ਜਾ ਕੇ ਕਈ ਵਾਰ ਅਜਿਹੀਆਂ ਸ਼ਕਤੀਆਂ ਨੂੰ ਅਸੀਂ ਆਪ ਨਹੀਂ ਪਛਾਣਦੇ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰਾ ਹਿੱਸਾ ਪੰਥਕ ਸੋਚ ਵਾਲਾ ਹਿੱਸਾ ਹੈ ਜਿਹੜਾ ਇਸ ਨੂੰ ਕਬੂਲ ਨਹੀਂ ਕਰਦਾ। ਅਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ। ਜਿਹੜੀ ਅੱਜ ਦੀ ਟੈਕਨੋਲੋਜੀ ਆ ਉਹਨੇ ਸਾਨੂੰ ਹਰ ਪਿੰਡ ਦੇ ਵਿੱਚ ਵਾੜ ਦਿੱਤਾ, ਹਰ ਸ਼ਹਿਰ ਦੇ ਵਿੱਚ ਵਾੜ ਦਿੱਤਾ, ਹਰ ਗਲੀ ਦੇ ਵਿੱਚ ਵਾੜ ਦਿੱਤਾ। ਅਸੀਂ ਫੇਸਬੁੱਕ ਰਾਹੀਂ, ਵਟਸਐਪ ਰਾਹੀਂ ਅਸੀਂ ਉੱਥੋਂ ਦੇ ਲੋਕਾਂ ਦੇ ਵਿਚਾਰ ਸੁਣ ਰਹੇ ਹਾਂ, ਉੱਥੋਂ ਦੇ ਵਿਚਾਰ ਵੀ ਸੁਣ ਰਹੇ ਹਾਂ, ਇੱਥੋਂ ਦੇ ਵਿਚਾਰ ਵੀ ਸੁਣ ਰਹੇ ਹਾਂ। ਕੁਐਸਚਨ ਸਭ ਤੋਂ ਵੱਡਾ ਇਹੀ ਆ ਕਿ ਅਸੀਂ ਇਸ ਸ਼ਕਤੀ ਨੂੰ ਇੱਕ ਥਾਂ ਦੇ ਉੱਤੇ ਇਕੱਠਿਆਂ ਕਿਸ ਤਰ੍ਹਾਂ ਕਰ ਸਕਦੇ ਹਾਂ। ਉਹ ਸ਼ਕਤੀ ਜਿਹੜੀ ਇਸ ਗੱਲ ਨੂੰ ਸਵੀਕਾਰ ਕਰਦੀ ਆ ਕਿ ਇਹ ਜੋ ਤੰਦੂਆ ਜਾਲ ਵਿਛਿਆ ਹੋਇਆ ਹੈ, ਅਸੀਂ ਇਸ ਨੂੰ ਤੰਦ ਤੰਦ ਕਰਕੇ ਆਪਣੇ ਤਨ ਨਾਲੋਂ, ਆਪਣੇ ਵਜੂਦ ਨਾਲੋਂ, ਆਪਣੇ ਪੰਥ ਨਾਲੋਂ, ਆਪਣੀ ਵਿਚਾਰਧਾਰਾ ਨਾਲੋਂ, ਆਪਣੀ ਸੋਚ ਨਾਲੋਂ ਵੱਖਰਾ ਕਰਨਾ ਹੈ ਤੇ ਇਹਨੂੰ ਤਾਰੋ ਪੀੜ ਕਰਨਾ ਹੈ। ਜਦੋਂ ਤੱਕ ਅਸੀਂ ਇਸ ਲੈਵਲ ਤੱਕ ਸਪਸ਼ਟ ਨਹੀਂ ਹੋ ਜਾਂਦੇ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਰਿਜ਼ਲਟ, ਕਿਉਂਕਿ ਉਹ ਬਹੁਤ ਐਕਟਿਵਲੀ ਪੰਜਾਬ ਦੇ ਵਿੱਚ ਇਸ ਵਕਤ ਆਪਣਾ ਪਸਾਰਾ ਕਰ ਰਹੇ ਆ, ਸਰਕਾਰ ਉਹਨਾਂ ਦੇ ਵੱਲ ਆ, ਪੰਜਾਬ ਦੀ ਸਰਕਾਰ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ, ਇਹ ਹਮੇਸ਼ਾ ਹੀ ਉਹਨਾਂ ਦੀ ਬੁੱਕਲ ਦੇ ਵਿੱਚ ਰਹੀ ਆ। ਪੰਜਾਬ ਇਹ ਤੋਂ ਅਸੀਂ ਕੁਝ ਐਕਸਪੈਕਟ ਕਰ ਹੀ ਨਹੀਂ ਸਕਦੇ। ਅਕਾਲ ਸਾਹਿਬ ਦਾ ਆਪਣਾ ਹੁਕਮਨਾਮਾ ਜਿਹੜਾ 5-7 ਸਾਲ ਪਹਿਲਾਂ ਆਇਆ ਸੀ, ਮੈਨੂੰ ਐਗਜੈਕਟ ਹੁਣ ਡੇਟ ਨਹੀਂ ਯਾਦ, ਮੈਂ ਪ੍ਰਪੇਅਰ ਨਹੀਂ ਹੋ ਸਕਿਆ ਸੀਗਾ ਇਸ ਕੰਮ ਲਈ। ਇੱਕ ਹੁਕਮਨਾਮਾ ਸੀ ਜਿਹੜਾ ਆਰਐਸਐਸ ਦੇ ਨਾਲ 2004 ਦੇ ਵਿੱਚ ਉਹਨਾਂ ਲਾਗੂ ਹੋਇਆ ਸੀਗਾ। ਹਾਂਜੀ, ਸਾਨੂੰ ਵਿਵਰਜਿਤ ਕਰਦਾ ਸੀ, ਰੋਕ ਲਾਉਂਦਾ ਸੀ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਉੱਥੋਂ ਦੀ ਜਿਹੜੀ ਸਮੁੱਚੀ ਸ਼੍ਰੋਮਣੀ ਕਮੇਟੀ ਆ, ਜਾਂ ਫਿਰ ਉੱਥੋਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਥੱਲੇ ਆਉਣ ਵਾਲੇ ਅਦਾਰੇ ਆ, ਬਹੁਤ ਸਾਰੇ ਆਰਐਸਐਸ ਦੇ ਕੈਂਪਸ ਲਗਵਾ ਰਹੇ ਨੇ, ਆਰਐਸਐਸ ਦੇ ਨਾਲ ਕੰਮ ਕਰ ਰਹੇ ਨੇ, ਬੈਠ ਕੇ ਮੀਟਿੰਗਾਂ ਕਰ ਰਹੇ ਨੇ, ਉਹਨਾਂ ਦੀਆਂ ਯੋਜਨਾਵਾਂ ਵਿੱਚ ਯੋਗਦਾਨ ਪਾ ਰਹੇ ਨੇ। ਉਹਨਾਂ ਤੋਂ ਅਸੀਂ ਕੁਛ ਨਹੀਂ ਲੈ ਸਕਦੇ। ਸਾਨੂੰ ਅੱਜ ਵੀ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਗੁਰੀ ਵਰਗੇ ਨੌਜਵਾਨ ਪੰਜਾਬ ਚੋਂ ਦੱਬ ਕੇ ਉਹਨਾਂ ਨੂੰ ਤਿਆਰ ਕਰਨਾ ਹੋਏਗਾ, ਜਿਹੜੇ ਕਿ ਕਿਸੇ ਮੰਚ ਤੇ ਜਾ ਕੇ ਪ੍ਰਕਾਸ਼ ਸਿੰਘ ਬਾਦਲ ਦਾ ਮਾਈਕ ਫੜ ਕੇ ਉੱਥੋਂ ਦੱਸ ਸਕਦੇ ਨੇ ਕਿ ਇੱਕ ਪਾਸੇ ਗੁਰਬਖਸ਼ ਸਿੰਘ ਖੜਾ ਸਿੰਘਾਂ ਨੂੰ ਯਾਦ ਕਰਾਉਣ ਲਈ, ਦੂਜੇ ਪਾਸੇ ਤੁਸੀਂ ਇੱਥੇ ਲੜਕੀਆਂ ਦੇ ਠੁਮਕੇ ਮਰਵਾ ਰਹੇ ਹੋ। ਸਾਨੂੰ ਇਸ ਤਰ੍ਹਾਂ ਦੀ
इनकलाबी सोच है जी बलवान करने की लड़ है ना नैसेसरली असि हूं को पंजाब हथियारबंद संघर्षी चला उसकी लड़ नहीं है अज का जरा समा आ गया एक सब तो वड्डा हथियार इलेक्ट्रॉनिक मीडिया है बिल्कुल अपनी शक्ति कठिया करके इस्तेमाल कर सकी कोई डायरेक्शन दे सकी क्योंकि असि डायरेक्शन लैस फाइट बहुत करते हैं जिदी कोई डायरेक्शन नहीं होंगी असि आपो ताप करते हैं होपफुली आने वाले वेरी नियर फ्यूचर दो महीनों आ जाए नॉर्थ अमेरिका के सिखा के कोल भी असं यार कट्ठे बह के सोच लीए कि असं इन कॉम्बैट कि करना है फिर लगता जो सिख कट्ठे हो गए तो फिर यह जे खाकी नीकर वाले है बहुत चिर सामने टेक नहीं सकने सानू तो गुरु साहब ने बड़ा स्पष्ट से क्लीयर सिद्धांत दिता होया सानू तो सिर्फ वह पन्ना फड़न की लड़ है जी बिल्कुल वीर जी थैंक यू सो मच कि तुसीं अपना टाइम कढ़ के अपने सारे अपने विचार सारे दर्शकों नाल सांझे कीते हुण असीं तुहाडे कोल इजाजत लैणे साडा वर्क साडा वक्त ब्रेक वाल जा रहा थैंक यू सो मच वाहिगुरु जी का खालसा वाहिगुरु जी की फतेह व्यूअर्स वक्त हो गया एक छोटे जे ब्रेक तक कीप वॉचिंग न्यूज़ टीवी 84 विल बी राइट बैक आफ्टर अ शॉर्ट ब्रेक